ਕਿਸਾਨੀ ਜਿਹੜਾ ਸੰਘਰਸ਼ ਆ ਉਹ ਪੰਜਾਬ ਦੇ ਵਿੱਚ ਬਹੁਗਿਣਤੀ ਸਿੱਖ ਲੋਕ ਨੇ, ਸਿੱਖਾਂ ਦੀ ਗੱਲ ਆ। ਸੋ ਪਹਿਲਾਂ ਦੀਪ ਗਿਆ ਸੀ, ਐਤਕੀ ਦੀਪ ਨਹੀਂ ਹੈ, ਜੇ ਦੀਪ ਹੁੰਦਾ ਤਾਂ ਉਹ ਜ਼ਰੂਰ ਜਾਂਦਾ। ਤੁਸੀਂ ਕਿਵੇਂ ਦੇਖਦੇ ਹੋ ਕਿ ਕਿਸੇ ਲਈ ਦੀਪ, ਜਿਹੜਾ ਦੀਪ ਸਿੱਧੂ ਹੈ ਕੋਈ ਕੌਮੀ ਸ਼ਹੀਦ ਵੀ ਕਹਿੰਦਾ, ਤੁਹਾਡੇ ਲਈ ਦੀਪ ਸਿੱਧੂ ਕੀ ਹੈ? ਵੀ ਮੈਂ ਇਹ ਗੱਲ ਕਹਾਂ ਵੀ ਦੀਪ ਸ਼ਹੀਦ ਨਹੀਂ ਹੈ, ਅਤੇ ਜਾਂ ਮੈਂ ਇਹ ਗੱਲ ਕਹਾਂ ਕਿ ਦੀਪ ਐਕਸੀਡੈਂਟ 'ਚ ਮਾਰਿਆ ਗਿਆ, ਇਹ ਦੋਨੋਂ ਗੱਲਾਂ ਨਹੀਂ ਹੈ। ਗੱਲ ਕੀ ਹੁੰਦੀ ਆ ਕਿ ਕੌਮੀ ਸ਼ਹੀਦ ਜਿਹੜਾ ਹੁੰਦਾ ਹੈ ਉਹਦੀ ਜਿਹੜੀ ਮਾਨਤਾ ਆ ਉਹ ਕੌਮ ਨੇ ਦੇਣੀ ਹੁੰਦੀ ਆ, ਕੌਮ ਕੀ ਸਮਝਦੀ ਆ ਉੱਥੇ ਗੱਲ ਆ ਕੇ ਮੁੱਕਦੀ ਆ। ਮੇਰੇ ਲਈ ਦੀਪ ਜਿਹੜਾ ਆ ਉਹ ਸਟੇਟ ਵੱਲੋਂ ਮਿੱਥ ਕੇ ਕਤਲ ਕੀਤਾ ਗਿਆ, ਮੇਰੇ ਲਈ ਦੀਪ ਕੌਮੀ ਯੋਧਾ ਆ। ਡੈਫੀਨੇਸ਼ਨ ਦੀਪ ਨੇ ਹੀ ਸੈੱਟ ਕੀਤੀ ਸੀ ਤਖ਼ਤ ਸਾਹਿਬ 'ਤੇ ਖੜ੍ਹ ਕੇ ਵੀ ਕੌਮੀ ਸ਼ਹੀਦ ਕੀ ਹੁੰਦਾ। ਉਸ ਵਕਤ ਜਿਹੜੇ ਲੋਕ ਕਦੇ ਦੀਪ ਸਿੱਧੂ ਨੂੰ ਕਦੇ ਬੀਜੇਪੀ ਦਾ ਬੰਦਾ ਕਦੇ ਕਹਿੰਦੇ ਹੁੰਦੇ ਸੀ, ਸਿਸਟਮ ਦਾ ਭੇਜਿਆ ਹੋਇਆ ਬੰਦਾ ਕਹਿੰਦੇ ਸੀ, ਅੱਜ ਕਿਤੇ ਨਾ ਕਿਤੇ ਉਹ ਲੋਕ ਵੀ ਉਹਨਾਂ ਦੀ ਗੱਲਾਂ ਨਾਲ ਸਹਿਮਤ ਹੁੰਦੇ ਨੇ, ਪਹਿਲਾਂ ਤਾਂ ਲੋਕ ਕਦਰ ਨਹੀਂ ਕਰਦੇ ਅਤੇ ਮੁੜ ਕੇ ਫਿਰ ਉਹਨਾਂ ਦੀਆਂ ਗੱਲਾਂ ਕਰਦੀਆਂ। ਇਹ ਵਰਤਾਰੇ ਵਾਪਰਦੇ ਰਹਿੰਦੇ ਨੇ, ਸਾਡੇ ਨਾਲ ਵੀ ਵਾਪਰ ਰਹੇ ਨੇ, ਆਉਣ ਵਾਲੇ ਬੰਦਿਆਂ ਨਾਲ ਵੀ ਵਾਪਰਨਗੇ, ਕਿਉਂਕਿ ਜਦੋਂ ਕੌਮ ਨਾਲ ਵਾਰ ਵਾਰ ਧੋਖੇ ਹੁੰਦੇ ਨਾ ਜੀ, ਤਾਂ ਉਦੋਂ ਕੌਮ ਵਿਸ਼ਵਾਸ ਬੜੀ ਲੇਟ ਕਰਦੀ ਹੈ ਕਿਤੇ ਜਾ ਕੇ, ਕਿਉਂਕਿ ਹਾਲਾਤ ਹੀ ਇੱਦਾਂ ਦੇ ਪੈਦਾ ਹੋਏ ਨੇ। ਬਰਸੀ ਦਾ ਅਸੀਂ ਆਪ ਹੀ ਰੱਖੀਏ, ਕਹਿਣਾ ਕੀ ਹੈ, ਬਰਸੀ ਦੇ ਲੋਕ ਆਉਣ ਵੱਧ ਚੜ੍ਹ ਕੇ ਵੱਧ ਤੋਂ ਵੱਧ ਆਉਣ, ਨਾਲੇ ਪਤਾ ਲੱਗ ਜੂ ਕਿੰਨੇ ਕੁ ਲੋਕ ਦੀਪ ਨੂੰ ਪਿਆਰ ਕਰਦੇ ਨੇ ਕਿ ਇਕੱਲੇ ਫੇਸਬੁੱਕ 'ਤੇ ਬਹਿ ਕੇ ਪੋਸਟ ਹੀ ਪਾਉਣੀ ਆ ਜਾਂ ਆਉਣਾ ਆ, ਆਉਣ ਵੱਧ ਤੋਂ ਵੱਧ ਆਉਣ। ਕਿਸਾਨਾਂ ਦੀ ਕਰਦੇ ਹਾਂ, ਜਿਵੇਂ ਕਿਸਾਨੀ ਅੰਦੋਲਨ ਪਹਿਲਾਂ ਹੁੰਦਾ ਅਤੇ ਹੁਣ ਗੱਲ ਚੱਲ ਰਹੀ ਹੈ ਕਿ ਕਿਸਾਨੀ ਅੰਦੋਲਨ ਜਿਹੜਾ 2 ਹੁਣ ਸ਼ੁਰੂ ਹੋਣ ਜਾ ਰਿਹਾ ਹੈ, ਤਾਂ ਜਿਸ ਤਰੀਕੇ ਦੇ ਨਾਲ ਬੈਰੀਕੇਟਿੰਗ ਕੀਤੀ ਗਈ ਹੈ, ਤੁਹਾਨੂੰ ਲੱਗਦਾ ਕਿ ਕਿਸਾਨਾਂ ਦਾ ਹੁਣ ਆਪਣੀ ਮੰਗਾਂ ਨੂੰ ਲੈ ਕੇ, ਜਿਵੇਂ ਗੱਲ ਇਹ ਵੀ ਉੱਠਦੀ ਹੈ ਕਿ ਪਹਿਲਾਂ ਵੀ ਕਿਹਾ ਗਿਆ ਸੀ ਕਿ ਤੁਸੀਂ ਵਾਪਸ ਨਾ ਆਓ, ਕਿ ਵਾਪਸ ਆਉਣਾ ਪੈ ਸਕਦਾ ਦੁਬਾਰੇ ਫਿਰ ਦਿੱਲੀ, ਤੁਸੀਂ ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ? ਦੇਖੋ ਮੈਂ ਇਹ ਕਹਿੰਦਾ ਵੀ ਬਹੁਤ ਸੰਘਰਸ਼ਾਂ ਦੇ ਵਿੱਚ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਆ, ਜਿਹੜਾ ਵੀ ਕੋਈ ਦਿੱਲੀ ਨਾਲ ਲੜਦਾ ਹੈ ਕਿਸੇ ਗੱਲ ਲਈ, ਅਸੀਂ ਇਸ ਦੇ ਵਿੱਚ ਲੀਡ ਰੋਲ 'ਚ ਨਹੀਂ ਆ, ਕਿਉਂਕਿ ਸਾਡਾ ਨਿਸ਼ਾਨਾ ਹੋਰ ਆ। ਫਿਰ ਵੀ ਅਸੀਂ ਕਿਸਾਨੀ ਜਿਹੜਾ ਸੰਘਰਸ਼ ਆ ਉਹ ਪੰਜਾਬ ਦੇ ਵਿੱਚ ਬਹੁਗਿਣਤੀ ਸਿੱਖ ਲੋਕ ਨੇ, ਸਿੱਖਾਂ ਦੀ ਗੱਲ ਆ। ਸੋ ਪਹਿਲਾਂ ਦੀਪ ਗਿਆ ਸੀ, ਐਤਕੀ ਦੀਪ ਨਹੀਂ ਹੈ, ਜੇ ਦੀਪ ਹੁੰਦਾ ਤਾਂ ਉਹ ਜ਼ਰੂਰ ਜਾਂਦਾ। ਸੋ ਸਾਨੂੰ ਅਸੀਂ ਸਹਿਯੋਗੀ ਰਹਾਂਗੇ ਉਹਨਾਂ ਦੇ, ਲੀਡ ਰੋਲ 'ਚ ਨਹੀਂ ਹੈ, ਕਿਉਂਕਿ ਸਾਡੀਆਂ ਮੰਗਾਂ ਹੋਰ ਨੇ। ਮੰਗਾਂ ਕੀ, ਸਾਡਾ ਦਾਅਵਾ ਹੋਰ ਆ, ਸਾਡਾ ਦਾਅਵਾ ਆ, ਸਾਡੀ ਡਿਮਾਂਡ ਨਹੀਂ ਹੈ, ਇਹਨਾਂ ਦੀਆਂ ਮੰਗਾਂ ਨੇ। ਸਾਡਾ ਦਾਅਵਾ ਆ ਵੀ ਅਸੀਂ, ਸਾਡਾ ਪਾਤਸ਼ਾਹੀ ਦਾਅਵਾ ਆ, ਸਾਡਾ ਰਾਜ ਆ, ਅਸੀਂ ਰਾਜ ਕਰਨਾ ਆ। ਸੋ ਸਾਡਾ ਦਿੱਲੀ ਨਾਲ ਰੌਲਾ ਇਹ ਆ, ਇਹਨਾਂ ਦਾ ਰੌਲਾ ਹੈਗਾ ਆ ਕੁਛ ਗੱਲਾਂ ਦਾ। ਸੋ ਫਿਰ ਵੀ ਜਿਹੜੇ ਲੋਕ ਦਿੱਲੀ ਨਾਲ ਇਹ ਟਕੜਕਾ ਲੈਂਦੇ ਆ, ਅਸੀਂ ਉਹਨਾਂ ਦੇ ਸਹਿਯੋਗੀ ਰਹਾਂਗੇ ਜੀ, ਪਰ ਖਾਲਸੇ ਨਿਸ਼ਾਨ ਦੇ ਥੱਲੇ। ਹੁਣ ਦੀਪ ਸਿੱਧੂ ਦੀ ਗੱਲ ਕਰੀਏ, ਜਿਵੇਂ ਹੁਣ 15 ਤਰੀਕ ਨੂੰ ਉਹ ਦੀਪ ਜਿਸਨੇ ਬੜੀ ਜਲਦੀ ਹੀ ਲੋਕਾਂ ਦੇ ਦਿਲਾਂ ਦੇ ਵਿੱਚ ਆਪਣੇ ਨਾਮ ਦਾ ਦੀਪ ਜਗਾ ਲਿਆ, ਪੰਜਾਬ ਦੀ ਨੌਜਵਾਨੀ ਨੂੰ ਜਗਾਇਆ, 15 ਤਰੀਕ ਨੂੰ ਬੜੀ ਹੀ ਮੰਦਭਾਗੀ ਘਟਨਾ ਵਾਪਰਦੀ ਹੈ, ਤਾਂ ਉਹ ਦਿਨ ਵੀ ਆ ਰਿਹਾ, ਤੁਸੀਂ ਕਿਵੇਂ ਦੇਖਦੇ ਹੋ ਕਿ ਕਿਸੇ ਲਈ ਦੀਪ, ਜਿਹੜਾ ਦੀਪ ਸਿੱਧੂ ਹੈ ਕੋਈ ਕੌਮੀ ਸ਼ਹੀਦ ਵੀ ਕਹਿੰਦਾ, ਤੁਹਾਡੇ ਲਈ ਦੀਪ ਸਿੱਧੂ ਕੀ ਹੈ? ਦੇਖੋ ਮੇਰੀ ਪਹਿਲੀ ਗੱਲ ਇਹ ਆ ਵੀ ਇਹ ਸਵਾਲ ਹੈਗਾ ਆ ਜਿਹਨੂੰ ਹੁਣ ਮੈਂ ਤੁਹਾਨੂੰ ਕੀ ਕਹਾਂ, ਹੈ ਨਾ, ਇਹ ਤੁਸੀਂ ਮੇਰੇ ਮੂੰਹ 'ਚ ਸਵਾਲ ਪਾ ਰਹੇ ਹੋ ਵੀ ਮੈਂ ਇਹ ਗੱਲ ਕਹਾਂ ਵੀ ਦੀਪ ਸ਼ਹੀਦ ਨਹੀਂ ਹੈ, ਅਤੇ ਜਾਂ ਮੈਂ ਇਹ ਗੱਲ ਕਹਾਂ ਕਿ ਦੀਪ ਐਕਸੀਡੈਂਟ 'ਚ ਮਾਰਿਆ ਗਿਆ, ਇਹ ਦੋਨੋਂ ਗੱਲਾਂ ਨਹੀਂ ਹੈ। ਗੱਲ ਕੀ ਹੁੰਦੀ ਆ ਕਿ ਕੌਮੀ ਸ਼ਹੀਦ ਜਿਹੜਾ ਹੁੰਦਾ ਹੈ ਉਹਦੀ ਜਿਹੜੀ ਮਾਨਤਾ ਆ ਉਹ ਕੌਮ ਨੇ ਦੇਣੀ ਹੁੰਦੀ ਆ, ਕੌਮ ਕੀ ਸਮਝਦੀ ਆ ਉੱਥੇ ਗੱਲ ਆ ਕੇ ਮੁੱਕਦੀ ਆ। ਮੇਰੇ ਲਈ ਦੀਪ ਜਿਹੜਾ ਆ ਉਹ ਸਟੇਟ ਵੱਲੋਂ ਮਿੱਥ ਕੇ ਕਤਲ ਕੀਤਾ ਗਿਆ, ਮੇਰੇ ਲਈ ਦੀਪ ਕੌਮੀ ਯੋਧਾ ਆ।
ਜਿਵੇਂ ਤੁਹਾਨੂੰ ਇਹ ਇਹ ਡੈਫੀਨੇਸ਼ਨ ਦੀਪ ਨੇ ਹੀ ਸੈੱਟ ਕੀਤੀ ਸੀ ਤਖਤ ਸਾਹਿਬ ਤੇ ਖੜ ਕੇ ਵੀ ਕੌਮੀ ਸ਼ਹੀਦ ਕੀ ਹੁੰਦਾ ਹੈ। ਇਹ ਗੱਲ ਹਮੇਸ਼ਾ ਤੋਂ ਸੁਣਨ ਨੂੰ ਮਿਲਦੀ ਹੈ ਕਿ ਜਿਸ ਵੀ ਬੰਦੇ ਦੇ ਵਿੱਚ ਸਰਕਾਰਾਂ ਨੂੰ ਸਿੱਖ ਕੌਮ ਦਾ ਕੋਈ ਚੰਗਾ ਨੁਮਾਇੰਦਾ ਦਿਖੇਗਾ ਉਸਨੂੰ ਜੋ ਸਿਸਟਮ ਹੈ ਉਹ ਖਤਮ ਕਰ ਦੇਗਾ, ਤੁਸੀਂ ਮੰਨਦੇ ਹੋ ਇਹ ਗੱਲ? ਬਿਲਕੁਲ ਜੀ, ਬਿਲਕੁਲ ਕਰ ਰਿਹਾ ਜੀ, ਹੌਲੀ ਹੌਲੀ ਕਰ ਦਿੱਤੇ ਨੇ ਕਈ ਸਾਡੇ। ਠੀਕ ਹੈ, ਅਤੇ ਹੁਣ ਜਿਵੇਂ ਹੁਣ 15 ਤਰੀਕ ਨੂੰ ਵੀ ਇਕੱਠ ਰੱਖਿਆ ਗਿਆ ਉਹਦੇ, ਤੁਸੀਂ ਜਿਵੇਂ ਉਹਨਾਂ ਦੀ ਬਰਸੀ ਮਨਾਈ ਜਾਵੇਗੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਬਰਸੀ ਦਾ ਅਸੀਂ ਆਪ ਹੀ ਰੱਖੀਏ, ਕਹਿਣਾ ਕੀ ਆ, ਬਰਸੀ ਦੇ ਲੋਕ ਆਉਣ ਵੱਧ ਚੜ੍ਹ ਕੇ ਵੱਧ ਤੋਂ ਵੱਧ ਆਉਣ, ਨਾਲੇ ਪਤਾ ਲੱਗ ਜੂ ਕਿੰਨੇ ਕੁ ਲੋਕ ਦੀਪ ਨੂੰ ਪਿਆਰ ਕਰਦੇ ਨੇ ਕਿ ਇਕੱਲੇ ਫੇਸਬੁੱਕ 'ਤੇ ਬਹਿ ਕੇ ਪੋਸਟ ਹੀ ਪਾਉਣੀ ਆ ਜਾਂ ਆਉਣਾ ਆ, ਆਉਣ ਵੱਧ ਤੋਂ ਵੱਧ ਆਉਣ। ਦੋ ਬਰਸੀਆਂ ਮਨਾਈਆਂ ਜਾ ਰਹੀਆਂ ਨੇ, ਇੱਕ ਤਖਤ ਦਮਦਮਾ ਸਾਹਿਬ ਮਨਾਈ ਜਾ ਰਹੀ ਹੈ ਜਿਹੜੇ ਅੰਮ੍ਰਿਤਪਾਲ ਸਿੰਘ ਹੋਣੀ ਮਨਾ ਰਹੇ ਨੇ, ਦੂਜੀ ਚੌਂਕੀ ਮਾਣ ਮਨਾਈ ਜਾ ਰਹੀ ਆ ਜਿਹੜੀ ਵਾਰਸ ਪੰਜਾਬ ਦੀ ਜਥੇਬੰਦੀ ਹਰਨੇਕ ਸਿੰਘ ਫੌਜੀ ਅਤੇ ਜਿਹੜਾ ਦੀਪ ਵੱਲੋਂ ਬਣਾਇਆ ਟਰੱਸਟ ਸੀ ਉਹ ਮਨਾ ਰਹੇ ਨੇ, ਅਸੀਂ ਉਹਨਾਂ ਦੇ ਸਹਿਯੋਗੀ ਹਾਂ ਸਾਰੇ ਜੀ। ਨਹੀਂ, ਉਸ ਵਕਤ ਜਿਹੜੇ ਲੋਕ ਕਦੇ ਦੀਪ ਸਿੱਧੂ ਨੂੰ ਕਦੇ ਬੀਜੇਪੀ ਦਾ ਬੰਦਾ ਕਦੇ ਕਹਿੰਦੇ ਹੁੰਦੇ ਸੀ, ਸਿਸਟਮ ਦਾ ਭੇਜਿਆ ਹੋਇਆ ਬੰਦਾ ਕਹਿੰਦੇ ਸੀ, ਅੱਜ ਕਿਤੇ ਨਾ ਕਿਤੇ ਉਹ ਲੋਕ ਵੀ ਉਹਨਾਂ ਦੀ ਗੱਲਾਂ ਨਾਲ ਸਹਿਮਤ ਹੁੰਦੇ ਨੇ, ਪਹਿਲਾਂ ਤਾਂ ਲੋਕ ਕਦਰ ਨਹੀਂ ਕਰਦੇ ਅਤੇ ਮੁੜ ਕੇ ਫਿਰ ਉਹਨਾਂ ਦੀਆਂ ਗੱਲਾਂ ਕਰਦੀਆਂ। ਇਹ ਵਰਤਾਰੇ ਵਾਪਰਦੇ ਰਹਿੰਦੇ ਨੇ, ਸਾਡੇ ਨਾਲ ਵੀ ਵਾਪਰ ਰਹੇ ਨੇ, ਆਉਣ ਵਾਲੇ ਬੰਦਿਆਂ ਨਾਲ ਵੀ ਵਾਪਰਨਗੇ, ਕਿਉਂਕਿ ਜਦੋਂ ਕੌਮ ਨਾਲ ਵਾਰ ਵਾਰ ਧੋਖੇ ਹੁੰਦੇ ਨਾ ਜੀ ਤਾਂ ਉਦੋਂ ਕੌਮ ਵਿਸ਼ਵਾਸ ਬੜੀ ਲੇਟ ਕਰਦੀ ਹੈ ਕਿਤੇ ਜਾ ਕੇ, ਕਿਉਂਕਿ ਹਾਲਾਤ ਹੀ ਇੱਦਾਂ ਦੇ ਪੈਦਾ ਹੋਏ ਨੇ। ਸੋ ਅੱਜ ਤੁਸੀਂ ਮੈਂ ਵੇਖੋ ਮਾੜੀ ਜਿਹੀ ਗੱਲ ਸਟੇਜ ਤੋਂ ਕੀਤੀ ਸੀ, ਉਹਨਾਂ ਦਾ ਪਜਾਮਾ ਖਿੱਚ ਲਿਆ ਵਿੱਚੋਂ, ਕਾਰਨ ਕੀ ਸੀ? ਮੈਂ ਇਹ ਕਹਿ ਰਿਹਾ ਵੀ ਅੱਜ ਸੰਤਾਂ ਦਾ ਬਰਥਡੇ ਆ ਔਰ ਇਹ ਜਨਮ ਦਿਨ ਜਿਹੜਾ ਆ ਪਿਛਲੇ 40 ਸਾਲਾਂ ਤੋਂ ਮਨਾਇਆ ਜਾ ਰਿਹਾ ਅਤੇ ਇਹਦੇ ਬਰਾਬਰ ਅੱਜ ਲੱਖੇ ਨੂੰ ਪ੍ਰੋਗਰਾਮ ਨਹੀਂ ਸੀ ਰੱਖਣਾ ਚਾਹੀਦਾ, ਇਹ ਗੱਲ ਮੰਨਦੇ ਹੋ ਤੁਸੀਂ? ਨਹੀਂ ਰੱਖਣਾ ਚਾਹੀਦਾ ਸੀ। ਔਰ ਦੂਜੀ ਗੱਲ, ਕਿਸਾਨ ਜਾ ਰਹੇ ਨੇ ਦਿੱਲੀ ਲੜਨ ਵਾਸਤੇ, ਤਾਂ ਆਪਾਂ ਪੰਜਾਬ ਦੇ ਵਿੱਚ ਕਿੱਦਾਂ ਦਾ ਮਾਹੌਲ ਸਿਰਜ ਲਾਂਗੇ ਤਾਂ ਉੱਥੇ ਕੌਣ ਜਾਊਗਾ? ਸੋ ਭਾਨਾ ਸਿੱਧੂ ਜਿਹੜਾ ਆ ਉਹ ਕਿਸੇ ਸੰਘਰਸ਼ ਤੋਂ ਵੱਡਾ ਨਹੀਂ ਹੈ, ਉਹਦੇ ਨਾਲ ਅਸੀਂ ਖੜ੍ਹੇ ਹਾਂ, ਇਹ ਗੱਲ ਨਹੀਂ ਹੈ ਕਿ ਉਹਦੇ ਖਿਲਾਫ਼ ਜਿਹੜੇ ਪਰਚੇ ਹੋਏ ਨੇ ਉਹਦੀ ਸਿਸਟਰ ਦੇ ਖਿਲਾਫ਼ ਪਰਚੇ ਹੋਏ ਨੇ, ਅਸੀਂ ਸਟੇਟ ਦੇ ਖਿਲਾਫ਼ ਹਾਂ, ਸਦਾ ਹੀ ਖਿਲਾਫ਼ ਹਾਂ, ਭਾਵੇਂ ਉਹ ਭਾਨੇ ਸਿੱਧੂ ਤੋਂ ਹੋਏ, ਭਾਵੇਂ ਲੱਖੇ ਤੋਂ ਜਿੱਥੇ ਮਰਜ਼ੀ ਹੋਏ, ਪਰ ਸਮਾਂ ਤਾਂ ਵੇਖਣਾ ਚਾਹੀਦਾ ਨਾ। ਅੱਜ ਸੰਗਰੂਰ ਅਤੇ ਬਰਨਾਲੇ ਤੋਂ ਸੰਗਤ ਨੇ ਆਉਣਾ ਸੀ, ਅੱਜ ਆਪਾਂ ਕੋਟਦੂ ਨੇ ਇਕੱਠ ਰੱਖ ਲਿਆ ਜੀ, ਸਮਝੋ। ਅਤੇ ਹੁਣ ਇਹ ਜਿਹੜਾ ਮਾਹੌਲ ਆ ਇਹ ਕਿਵੇਂ ਸਿਰਜਿਆ ਜਾ ਰਿਹਾ, ਇਹਦੇ ਟ੍ਰੈਪ 'ਚ ਸਾਡੇ ਬੰਦੇ ਫਸਦੇ ਆ ਮੰਨਣ, ਅਸੀਂ ਉਦੋਂ ਵੀ ਸਹੀ ਸੀ ਅੱਜ ਵੀ ਸਹੀ ਹਾਂ, ਜਿਹੜੀ ਪਹਿਲਾਂ ਸਾਡੀ ਲੀਕ ਖਿੱਚੀ ਉਹਦੇ ਨਾਲ ਇਹ ਅੱਜ ਸਹਿਮਤ ਹੋਏ ਨੇ, ਜਿਹੜੀ ਹੁਣ ਗੱਲ ਕਰ ਰਹੇ ਇਹਦੇ ਨਾਲ ਅੱਗੇ ਜਾ ਕੇ ਸਹਿਮਤ ਹੋਣਗੇ, ਹੋਣਗੇ ਜ਼ਰੂਰ, ਕਿਉਂਕਿ ਅਸੀਂ ਗਲਤ ਨਹੀਂ ਕਹਿ ਰਹੇ, ਇਹਨਾਂ ਨੂੰ ਲੱਗਦਾ ਕਿ ਇਹ ਲੋਕ ਸਾਡੇ ਖਿਲਾਫ਼ ਨੇ ਅਤੇ ਤਾਂ ਇੱਦਾਂ ਬੋਲਦੇ ਨੇ, ਉਹਨਾਂ ਦੇ ਖਿਲਾਫ਼ ਨਹੀਂ ਆ, ਪਰ ਅਸੀਂ ਕਹਿ ਰਹੇ ਹਾਂ ਵੀ ਤੁਹਾਡੇ ਇਰਦ ਗਿਰਦ ਜਿਹੜੀ ਇਹ ਗੱਲ ਤੁਹਾਡੇ ਨਾਲ ਹੋ ਰਹੀ ਆ ਇਹ ਕਿਸੇ ਸਿਸਟਮ ਤਾਂ ਹੀ ਰਾਹੀਂ ਹੋ ਰਹੀ ਆ, ਤੁਸੀਂ ਗੱਲ ਨੂੰ ਸਮਝ ਨਹੀਂ ਰਹੇ। ਉਹ ਚਾਹੁੰਦੇ ਨੇ ਪੰਜਾਬ ਦੇ ਵਿੱਚ ਸਿੱਖ ਲੀਡਰਸ਼ਿਪ ਜਿਹੜੀ ਆ ਉਹਨੂੰ ਪਾਸੇ ਕਰਤਾ ਜਾਏ, ਜਿਹੜੀ ਲੀਡਰਸ਼ਿਪ ਇੱਦਾਂ ਦੀ ਆਏ ਜਿਹੜੀ ਖਾਲਿਸਤਾਨ ਤੋਂ ਬਾਹਰ ਆ, ਜਿਹੜੀ ਸਿੱਖ ਰਾਜ ਤੋਂ ਬਾਹਰ ਆ, ਜਿਹੜੀ ਇੰਡੀਅਨ ਸਿਸਟਮ ਦੇ ਥੱਲੇ ਰਹਿ ਕੇ ਸਾਰਾ ਕੁਝ ਕਰਨਾ ਚਾਹੁੰਦੀ ਆ, ਉਹ ਲੀਡਰਸ਼ਿਪ ਨੂੰ ਸਟੇਟ ਉਭਾਰ ਰਹੀ ਆ, ਇਹ ਗੱਲ ਦਾ ਧਿਆਨ ਰੱਖਣਾ ਚਾਹੀਦਾ।